ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅੱਜ ਅਸੀਂ ਆਏ ਹਾਂ ਜੀ ਸ਼੍ਰੀ ਤਮਨ ਮੈਮੋਰੀਅਲ ਤੁਨ ਅਬਦੁਲ ਰਜ਼ਾਕ, ਜਿਹੜਾ ਮਲੇਸ਼ੀਆ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਤੁਨ ਅਬਦੁਲ ਰਜ਼ਾਕ, ਇਹ ਉਹਨਾਂ ਦੀ ਰਿਹਾਇਸ਼ ਸੀਗੀ। ਇਹਨਾਂ ਨੂੰ ਹੁਣ ਇਹਨਾਂ ਨੇ ਮੈਮੋਰੀਅਲ 'ਚ ਕਨਵਰਟ ਕਰਤਾ ਕਿ ਅੱਜ ਅਸੀਂ ਇੱਥੇ ਘੁੰਮਣ ਅਤੇ ਨਾਲ ਅਸੀਂ ਤੁਹਾਨੂੰ ਵੀ ਘੁਮਾਉਣਾ ਜੀ। ਅੱਜ ਚੱਲੀਏ ਬਾਹਰ ਲਾਉਣੇ ਪੈਂਦੇ ਜੀ, ਪਹਿਲਾਂ ਉਹਨੇ ਮੈਂਸ਼ਨ ਕੀਤਾ ਇੱਥੇ ਲਿਖਿਆ ਵੀ ਹੋਇਆ ਅਤੇ ਅਸੀਂ ਕਰ ਗਏ ਜੀ ਐਂਟਰ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ, ਇੱਥੇ ਤੁਸੀਂ ਫੋਨ 'ਤੇ ਵੀ ਕਰ ਸਕਦੇ ਹੋ, ਵੈਸੇ ਲਿਖ ਕੇ ਵੀ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਸ਼ੁਰੂ। ਪਹਿਲਾਂ ਚੱਲਦੇ ਜੀ ਅਸੀਂ ਇੱਧਰ। ਇੱਕ ਇੱਕ ਚੀਜ਼ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ, ਉਹਨਾਂ ਟਾਈਮ ਦੀਆਂ ਕੁਰਸੀਆਂ ਵਗੈਰਾ, ਮੇਜ਼, ਹਾਂ ਗੋਲਫ ਦੇ ਗੋਲਫ ਬਾਲ ਸਟਿੱਕਾਂ ਸਾਰੀਆਂ, ਹਾਂ ਗੋਲਫ ਸਟਿੱਕਾਂ, ਸਟਿੱਕਾਂ ਹੀ ਕਹਿੰਦੇ ਆਈ ਥਿੰਕ, ਮੈਨੂੰ ਪੱਕਾ ਨਹੀਂ ਪਤਾ ਕੀ ਕਹਿੰਦੇ ਇਹਨਾਂ ਨੂੰ। ਫਰਨੀਚਰ ਲਿਵਿੰਗ ਰੂਮ ਹੈ ਜੀ, ਇੱਕ ਸਰ ਫੀਮੇਲ ਦਾ ਇੱਕ ਸਰ ਮੇਲ ਦਾ। ਹੁਣ ਚੱਲੇ ਇਸ ਚੀਜ਼ 'ਤੇ ਸੈਕਿੰਡ ਫਸਟ ਫਲੋਰ 'ਤੇ। ਇੱਥੇ ਕੈਮਰਾ ਨੋਟ, ਪੁਰਾਣੇ ਜ਼ਮਾਨੇ ਦਾ ਟੀ ਵੀ ਵੀ ਪਿਆ ਜੀ, ਜਦੋਂ ਲੱਕੜ ਦਾ ਹੁੰਦਾ ਬੰਦ ਹੋ ਜਾਂਦਾ ਸੀਗਾ। ਹਾਂਜੀ ਅਸੀਂ ਮੈਮੋਰੀਅਲ 'ਚ ਆ ਗਏ ਜੀ ਬਾਹਰ। ਬਹੁਤ ਸਾਰੀਆਂ ਜਗ੍ਹਾ ਸੀ ਜਿੱਥੇ ਕੈਮਰਾ ਤਾਂ ਅਲਾਓ ਹੀ ਨਹੀਂ ਸੀਗਾ, ਤਾਂ ਕਰਕੇ ਜ਼ਿਆਦਾ ਨਹੀਂ ਵੀਡੀਓ ਬਣਾ ਸਕੇ, ਥੋੜ੍ਹੀ ਥੋੜ੍ਹੀ ਬਣਾਈ ਹੈ ਅਤੇ ਉਹ ਮੈਂ ਅਸੀਂ ਸੁਣਨਾ ਕੀਤੀ ਸ਼ੇਅਰ। ਜੇ ਸਭ ਸੋ ਤੁਹਾਨੂੰ ਚੰਗੀ ਲੱਗੀ ਹੋਈ, ਜੇ ਚੰਗੀ ਲੱਗੀ ਤਾਂ ਜੀ ਉਹਨੂੰ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ। ਬਾਏ ਬਾਏ ਜੀ, ਸਤਿ ਸ਼੍ਰੀ ਅਕਾਲ।